ਅੱਜ ਦੀ ਅਸੀਂ ਜਿਵੇਂ ਸਾਰੇ ਹੀ ਇਲਾਕੇ 'ਚੋਂ ਸੰਗਤਾਂ ਆ ਰਹੀਆਂ ਨੇ, ਅੱਜ ਅਸੀਂ ਰੋੜੀ ਪਿੰਡ ਤੋਂ 7-8 ਵੈਨਾਂ ਬੱਸਾਂ ਅਤੇ ਇੱਕ ਜੋ ਪ੍ਰਾਈਵੇਟ ਆਪਣੀਆਂ ਆਪਦੀਆਂ ਗੱਡੀਆਂ ਲੈ ਕੇ ਆਏ ਹਾਂ। ਕਮ ਸੇ ਕਮ 300-400 ਬੰਦਾ ਸਾਡੇ ਪਿੰਡੋਂ ਅੱਜ ਆਇਆ ਅਤੇ ਸਾਰਾ ਸਾਡੇ ਪਿੰਡ ਦੇ ਵਿੱਚ ਇੱਕ ਤਰਫਾ ਮਾਹੌਲ ਆ, ਕਿਉਂਕਿ ਸਨ 2000 ਤੋਂ ਲੈ ਕੇ ਜਿੰਨੇ ਵੀ ਸਰਪੰਚ 2025 ਤੱਕ ਆ, ਅੱਜ ਤੱਕ ਦੇ ਸਰਪੰਚ ਨੰਬਰਦਾਰ ਅਤੇ ਸਾਰੇ ਹੀ ਜੋ ਪੰਚਾਇਤ ਮੈਂਬਰ ਆ, ਕੋਈ ਮੌਜੂਦ ਬੰਦਾ ਕੋਈ ਵੀ ਪਿੰਡ ਦਾ, ਸਾਰੀ ਕਾਂਗਰਸ ਨਾਲ ਆ। ਜੇ ਆਪਾਂ ਦੂਜੇ ਪਾਸੇ ਦੇਖੀਏ ਤਾਂ ਜਿਵੇਂ ਰਜਿੰਦਰ ਜਸੂ ਉਹਦਾ ਨਾਲ ਜਾਂ ਹੋਰ ਪਾਰਟੀਆਂ ਨਾਲ ਪਿੰਡ ਦੇ ਮੌਜੂਦ ਬੰਦੇ ਜਾਂ ਮੈਂਬਰ ਸਰਪੰਚ ਨਹੀਂ, ਕਿਉਂਕਿ ਜਿਹੜੀ ਬੋਰਡ ਦੀ ਕੜੀ ਜੁੜੀ ਹੁੰਦੀ ਆ ਉਹ ਮੌਜੂਦ ਬੰਦਿਆਂ ਨਾਲ ਜੁੜੀ ਹੁੰਦੀ ਆ। ਅਸੀਂ ਸਾਡੇ ਨਗਰ ਤੋਂ ਪਿਛਲੀ ਵਾਰੀ ਲਗਭਗ 2000 ਦੇ ਵੋਟ ਵਧਾਈ ਸੀ। ਐਤਕੀ ਸਾਡਾ ਟੀਚਾ ਸਾਰਿਆਂ ਦਾ ਵੀ ਅਸੀਂ ਲਗਭਗ 3500 ਵੋਟ ਸਾਡੇ ਪਿੰਡੋਂ ਵਧਾਵਾਂਗੇ ਕਾਂਗਰਸ ਪਾਰਟੀ ਦੀ। ਅਤੇ ਬਾਕੀ ਅੱਜ ਜੋ ਰੈਲੀ ਹੋ ਰਹੀ ਆ, ਭੈਣ ਕੁਮਾਰੀ ਸ਼ੈਲਜਾ ਜੀ ਆ ਰਹੇ ਨੇ, ਇਹਨਾਂ ਨਾਲ ਬਹੁਤ ਜ਼ਿਆਦਾ ਅਸਰ ਪਊਗਾ ਆਪਣੇ ਹਲਕੇ ਦੇ ਵਿੱਚ। ਅਤੇ ਸ਼ੀਸ਼ਪਾਲ ਕਾਲਾਂ ਵਾਲੀ ਹਲਕੇ 'ਚ ਕੰਮ 50,000 ਵੋਟ ਨਾਲ ਜਿੱਤ ਬਣੂ, ਜਿਹੜੀ ਇੱਕ ਹਰਿਆਣਾ ਦੇ ਵਿੱਚ ਇੱਕ ਇਤਿਹਾਸ ਰਚਿਆ ਜਾਊਗਾ। ਅੱਜ ਕਾਂਗਰਸ ਪਾਰਟੀ ਵਾਸਤੇ ਬਹੁਤ ਹੀ ਇਤਿਹਾਸਿਕ ਦਿਨ ਹੈ। ਜੋ ਇੱਥੇ ਅਫਵਾਹਾਂ ਚੱਲਦੀਆਂ ਸੀ ਹਰਿਆਣੇ ਦੇ ਵਿੱਚ ਵੀ ਕਾਂਗਰਸ ਦਫਾੜ ਹੈ, ਅੱਜ ਇਹਦਾ ਮੈਸੇਜ ਪਹੁੰਚ ਗਿਆ ਸਾਰੇ ਹਰਿਆਣੇ 'ਚ। ਕੱਲ੍ਹ ਤੋਂ ਹੀ ਵੀ ਸ਼ੈਲਜਾ ਜੀ, ਹੁੱਡਾ ਜੀ, ਰਾਹੁਲ ਜੀ ਸਾਰੇ ਹਰਿਆਣੇ ਨੂੰ ਲੈ ਕੇ ਚੱਲ ਰਹੇ ਹਨ। ਬਾਕੀ ਸਾਡਾ ਤਾਂ ਕਿਸਾਨਾਂ ਦਾ ਅਤੇ ਮਜ਼ਦੂਰਾਂ ਦਾ ਅਤੇ ਛੋਟੇ ਵਪਾਰੀ ਵਰਗ ਦਾ ਇੱਕੋ ਟੀਚਾ ਵੀ ਅਸੀਂ BJP ਨੂੰ ਹਰਿਆਣੇ 'ਚੋਂ ਹਰਾਉਣਾ ਹੈ। ਬਸ ਸਾਡਾ ਕੰਮ ਇਹ ਹੈ, ਅਸੀਂ ਤਾਂ ਜਿਹੜਾ 800 ਸਾਡਾ ਕਿਸਾਨ ਸ਼ਹੀਦ ਹੋਇਆ, ਅਸੀਂ ਤਾਂ ਉਹਦਾ ਬਦਲਾ ਲੈਣਾ। ਨਾ ਕੋਈ ਸਾਡੀ ਮੰਗ ਹੈ, ਨਾ ਸਾਡਾ ਕੋਈ ਸਿਸਟਮ ਹੈ। ਅੱਜ ਵੀ ਅਸੀਂ ਸੜਕਾਂ 'ਤੇ ਬੈਠੇ ਹਾਂ, ਉਹ ਸੜਕਾਂ ਦਾ ਤਪੱਸਿਆ ਜਿਹੜੀ ਅੱਜ ਕਿਸਾਨ, ਮਜ਼ਦੂਰ, ਛੋਟਾ ਵਪਾਰੀ ਅੱਜ ਪਤਾ ਲੱਗਦਾ ਹਰਿਆਣੇ 'ਚ ਜਦੋਂ ਇਕੱਠ ਹੁੰਦੇ ਕਾਂਗਰਸ ਦੇ ਤਾਂ ਵੀ ਲੋਕ ਕਿੱਧਰ ਨੇਗੇ। ਤੋ ਉਹ ਜਿਹੜੀ ਕੰਗਣਾ ਹੈਗੀ ਉਹ ਅੱਜ ਵੀ ਕਿਸਾਨਾਂ 'ਤੇ ਉਹ ਸ਼ਬਦ ਬੋਲਦੀ ਹੈ ਜਿਹਨੂੰ ਅੰਨਦਾਤਾ ਕਹਿੰਦੇ ਨਾ, ਅੰਨਦਾਤਾ ਨੂੰ ਉਹ ਰੇਪ ਵਾਲਾ ਕਹਿੰਦੇ ਨਾ। ਤੋ ਸਾਨੂੰ ਸ਼ਰਮ ਦੀ ਗੱਲ ਹੋਊਗੀ ਜੇ ਕੋਈ ਉਹ ਆਪਣਾ ਹੋਰ ਕੋਈ ਕਿਸੇ ਨੂੰ ਵੋਟ ਪਾਊਗਾ। ਬਸ ਅਸੀਂ ਅੱਜ ਸਾਡੀ ਰੋੜੀ ਪਿੰਡ ਦੀ ਬਹੁਤ ਜ਼ਿਆਦਾ ਸੰਗਤ ਅਤੇ ਇਲਾਕੇ ਦੀਆਂ ਸੰਗਤਾਂ ਆਈ ਜਾਂਦੀਆਂ, ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ, ਵੋਟਾਂ ਵੱਧ ਤੋਂ ਵੱਧ ਕਾਂਗਰਸ ਨੂੰ ਪਾਉਣਗੇ ਅਤੇ ਸ਼ੀਸ਼ਪਾਲ ਜੀ ਨੂੰ ਜਿਤਾਉਣਗੇ। ਧੰਨਵਾਦ ਜੀ। ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਦੇ ਧੰਨਵਾਦ ਕਰਦਾ ਵੀ ਸਾਰੇ ਜਿਹੜੀ ਸਾਡੇ ਨਾਲ JJP ਦੀ ਸਾਰੇ ਕਾਲਿਆਂ ਵਾਲੀ ਹਲਕੇ ਦੀ ਟੀਮ ਆਈ ਹੋਈ ਹੈ, ਕਿਉਂਕਿ ਅਸੀਂ ਇਕੱਲੇ ਪਿੰਡ ਦਾ ਟੀਚਾ ਨਹੀਂ ਵੀ ਪਿੰਡ 'ਚੋਂ ਤਾਂ JJP ਸਾਫ਼ ਹੈ ਸਾਡੇ 'ਚੋਂ, ਕਿਉਂਕਿ ਅਸੀਂ JJP ਦਾ ਮੈਂ ਜ਼ਿਲ੍ਹਾ ਉਪ ਪ੍ਰਧਾਨ ਸੀਗਾ ਔਰ ਸਾਰੀ ਲੀਡਰਸ਼ਿਪ JJP ਦੀ ਇੱਧਰ ਆਈ ਹੈ, ਸਾਰੇ ਸਰਪੰਚ ਸਾਹਿਬ ਹੋਰੀ ਸਭ ਜਾਣਦੇ ਹੈ ਔਰ ਅਸੀਂ ਪੂਰਾ ਸਫਾਇਆ ਕਰਾਂਗੇ ਇਹਨਾਂ ਦਾ ਔਰ ਇਹਨਾਂ ਦੇ ਜਿਹੜਾ ਆਪਾਂ ਕਹਿੰਦੇ ਦੁਸ਼ਯੰਤ ਚੁਟਾਲਾ ਐਂ ਕਰੀ ਜਾਂਦਾ, ਇਹਨਾਂ ਦਾ ਅਸੀਂ ਵੋਟ ਨਾਲ ਜਿਹੜਾ ਇਹਨਾਂ ਨੇ ਸਾਡੇ ਨਾਲ ਕੀਤਾ ਅਸੀਂ ਵੋਟ ਨਾਲ ਜਵਾਬ ਦੇਵਾਂ ਇਹਨਾਂ ਨੂੰ ਔਰ ਪਿੰਡ ਦੇ ਵਿੱਚੋਂ ਕਮ ਸੇ ਕਮ 3500 ਵੋਟ ਦੇ ਨਾਲ ਅਸੀਂ ਸ਼ੀਸ਼ਪਾਲ ਕੇਰਵਾਲਾ ਜੀ ਨੂੰ ਜਿਤਾਵਾਂਗੇ। ਸਭ ਤੋਂ ਪਹਿਲਾਂ ਤਾਂ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ, ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਹਾਂ ਕਿ ਦੇਖ ਹੀ ਰਹੇ ਹੋ ਅੱਜ ਦਾ ਕਿੰਨਾ ਵਧੀਆ ਮਾਹੌਲ ਬਣਿਆ ਹੋਇਆ। ਇੱਕ ਤਰਫਾ ਇਲੈਕਸ਼ਨ ਹੈ ਬਾਈ ਸ਼ੀਸ਼ਪਾਲ ਕੇਰਵਾਲਾ ਜੀ ਦਾ ਔਰ ਜਿੱਥੋਂ ਪਿੰਡ ਦੀ ਗੱਲ ਕਰੀਏ ਸਰਪੰਚ ਸਾਹਿਬ ਹੋਰੀ ਖੜ੍ਹੇ ਆ, ਇਹਨਾਂ ਨੇ ਦੱਸ ਹੀ ਦਿੱਤਾ ਕਿ ਇੱਕ ਤਰਫ ਹੈ ਕਿ ਰਜਿੰਦਰ ਸਿੰਘ ਦਿਸ਼ੂ ਦਾ ਜੀ ਜਿੱਥੇ ਕਿੱਥੇ ਕਹਿੰਦੇ ਆ ਕਿ ਮੈਂ ਸ਼ੀਸ਼ਪਾਲ ਨਾਲੋਂ ਅੱਗੇ ਹਾਂ, ਮੈਂ ਭੱਜ ਲਿਆ, ਮੈਂ ਭੱਜਦਾ ਸਭ ਤੋਂ ਮੂਹਰੇ ਔਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਔਨ ਰਿਕਾਰਡ ਕਿ ਰਜਿੰਦਰ ਸਿੰਘ ਦਿਸ਼ੂ ਦਾ ਜੀ ਤੁਸੀਂ ਭੱਜ ਲਓ ਜਿੰਨਾ ਭੱਜਣਾ, ਸ਼ੀਸ਼ਪਾਲ ਤੁਹਾਡੇ ਤੋਂ ਬਹੁਤ ਅੱਗੇ ਟੱਪ ਚੁੱਕਿਆ
ਹੁਣ ਉਹ ਬਹੁਤ ਅੱਗੇ ਟੱਪ ਗਿਆ, ਤੁਹਾਡੀ ਰੇਸ ਤੋਂ ਪਰੇ ਹੈ। ਤੁਸੀਂ ਜਿੰਨਾ ਮਰਜ਼ੀ ਭੱਜ ਲਓ, ਤੁਹਾਡੀ ਲੜਾਈ ਦੋ ਨੰਬਰ ਦੀ ਆ, ਤੀਜੇ ਨੰਬਰ ਦੀ ਲੜਾਈ ਆ ਤੁਹਾਡੀ। ਬਾਈ ਸ਼ੀਸ਼ਪਾਲ ਜੀ ਤਾਂ ਹੁਣ ਸਿਖਰਾਂ 'ਤੇ ਨੇ, ਤੁਹਾਡੀ ਪਹੁੰਚ ਤੋਂ ਪਰੇ ਨੇ, ਔਰ ਉਹਨਾਂ ਨੂੰ ਮੈਂ ਸਪੈਸ਼ਲ ਇਹ ਕਹਿਣਾ ਚਾਹੁੰਦਾ। ਔਰ ਸਾਰੇ ਹੀ ਲੋਕਾਂ ਨੂੰ, ਮਾਈ ਭਾਈ ਨੂੰ, ਵੀਰ ਬਜ਼ੁਰਗਾਂ ਨੂੰ ਬੇਨਤੀ ਕਰਦੇ ਕਿ ਆਉਣ ਵਾਲੀ 5 ਤਰੀਕ ਨੂੰ 5 ਨੰਬਰ 'ਤੇ ਨਿਸ਼ਾਨ ਹੈ, ਅਤੇ ਵੋਟਾਂ ਪਾ ਕੇ ਵੱਧ ਤੋਂ ਵੱਧ ਕਾਮਯਾਬ ਕਰਨਾ। ਬਸ।